ਇੱਦਾਂ ਵਾ ਕਿ ਸਾਡਾ ਝਗੜਾ ਚੱਲਦਾ ਗੁਰਦੁਆਰਾ ਸਾਹਿਬ ਦਾ, ਸਾਡੇ ਪਹਿਲੇ ਕੇ ਸੀ ਵੀ ਤਾਂ ਹੋਇਆ ਇਹਨਾਂ ਨੇ ਝੂਠਾ। ਅਸੀਂ ਰੋਜ਼ ਗੁਰਦੁਆਰੇ ਜਾਂਦੇ ਹਾਂ ਅਤੇ ਰਾਤ ਦੇ ਗੁਰਦੁਆਰੇ ਸ਼ਾਮੀ ਦੇ ਗੁਰਦੁਆਰੇ ਕਰ ਇੱਕ ਨਿਹੰਗਾ ਨਿਹੰਗਾ ਆਇਆ ਹੋਇਆ ਸੀ, ਕੱਲ੍ਹ ਇੱਕ ਨਿਹੰਗਾ ਆਇਆ ਹੋਇਆ ਸੀ ਅਤੇ ਕੋਈ ਗੱਲਬਾਤ ਨਹੀਂ, ਅਸੀਂ ਘਰ ਨੂੰ ਆਵਾਂਗੇ ਸਿਰੇ ਅਸੀਂ ਗੁਰਦੁਆਰੇ ਗਏ, ਪ੍ਰਸ਼ਾਦ ਲਿੱਤਾ ਵਾ, ਪ੍ਰਸ਼ਾਦ ਲੈ ਕੇ ਬਾਹਰ ਆਏ ਹਾਂ ਅਤੇ ਉਹ ਇੱਕ ਕਾਕੇ ਨਾਲ ਬੈਠਣ ਲੱਗ ਪਿਆ ਅਤੇ ਮੈਂ ਗਿਆ, ਮੈਂ ਕਿਹਾ ਉਹਨੇ ਕਿਰਪਾਨ ਕੀਤੀ, ਮੈਂ ਕਿਹਾ ਮਾਰੀ ਨਾ ਹੈ, ਉਹਨੇ ਕਿਰਪਾਨਾ ਮਾਰਨੀ ਸ਼ੁਰੂ ਕਰਤੀ, ਇਹਦੇ ਗੁੱਟ ਵੱਡਿਆ ਗਿਆ ਅਤੇ ਮੇਰਾ ਲੱਗੀ ਆ ਇਹਦਾ ਇਹਦੇ ਨਿਹੰਗ ਸਿੰਘ ਆ ਕੋਈ ਠੰਡ ਸੀ, ਮੈਂ ਤਾਂ ਪਛਾਣਦਾ ਨਹੀਂ ਉਹਨੂੰ ਬਹੁਤਾ, ਅਤੇ ਹੈ ਸ਼ਹਿਰ ਦਾ ਹੀ ਹੈ, ਕਦੇ ਦੂਜੀ ਪਾਰਟੀ ਲੈ ਕੇ ਆਈ ਹੈ ਰਾਤ ਦੀ, ਰਾਤ ਦੀ ਉਹਨਾਂ ਨੇ ਕੋਰਟ ਰੱਖਿਆ ਹੁਣ ਮੰਗ ਕਰਦੇ ਸਾਡੇ ਨਾਲ ਸਾਫ਼ ਹੋਵੇ, ਸਾਡੇ ਸਾਡੇ ਜਿਹੜੇ ਸਿੱਟਣ ਲੱਗੇ ਆ ਜਿਹਨਾਂ ਬੰਦੇ ਨੂੰ ਬਣਦੀ ਕਾਨੂੰਨ ਕਾਰਵਾਈ ਕੀਤੀ ਜਾਵੇ, ਜਿਹੜੀ ਕਮੇਟੀ ਵਾਲੇ ਜਿਹੜੇ ਸੱਦਿਆ ਵਾ ਉਹ ਵੀ ਉਹ ਬਣਦੀ ਕਾਨੂੰਨ ਕਾਰਵਾਈ ਕੀਤੀ ਜਾਵੇ ਉਹਨਾਂ ਦੀ। ਅੱਜ ਸਵੇਰੇ ਜੋ ਘਟਨਾ ਵਾਪਰੀ ਆ ਉਹ ਘਟਨਾ ਇੱਦਾਂ ਵਾਪਰੀ ਆ ਕਿ ਸਵੇਰੇ ਲਾਈਵ ਚੱਲ ਰਿਹਾ, ਜੋ ਆਪਣੇ ਮੋਬਾਈਲ ਤੋਂ ਰੋਜ਼ਾਨਾ ਲਾਈਵ ਚਲਾਉਂਦਾ ਸੀਗਾ, ਇਹ ਲਾਈਵ ਪਾਉਣਾ ਇਹਨੇ ਕਦੇ ਇਹ ਬੋਲਣਾ ਕਿ ਇੱਥੇ ਗ੍ਰੰਥੀ ਨੂੰ ਪਾਠ ਨਹੀਂ ਕਰਨਾ ਆਉਂਦਾ, ਹੁਕਮਨਾਮਾ ਨਹੀਂ ਲੈਣਾ ਆਉਂਦਾ, ਅਰਦਾਸ ਨਹੀਂ ਕਰਨੀ ਆਉਂਦੀ, ਅਤੇ ਅਸੀਂ ਇਹਨੂੰ ਕਿਹਾ ਸੀਗਾ ਕਿ ਨਹੀਂ ਕਿ ਤੂੰ ਹੁਣ ਇਹ ਕੰਮ ਨਾ ਕਰ, ਕਿਉਂਕਿ ਜਿਹੜੀ ਇਹਦੀ ਹੁਣ ਇਹਦੀ ਸੇਵਾ ਸੰਭਾਲ ਆ ਉਹ ਬਾਬਾ ਮੇਜਰ ਸਿੰਘ ਜੀ ਸੋਢੀ ਜੀ ਕੋਲ ਆ, ਅਤੇ ਤੂੰ ਇਹ ਕੰਮ ਹੁਣ ਬੰਦ ਕਰ ਦੇ। ਬਾਬਾ ਜੀ ਅੱਜ ਕੀ ਗੱਲ ਹੋਈ ਸੀਗੀ? ਅੱਜ ਜਿਹੜੀ ਗੱਲ ਹੋਈ ਆ ਉਹ ਸਿੰਘ ਜਿਹੜਾ ਬਾਬਾ ਮੇਜਰ ਸਿੰਘ ਜੀ ਵੱਲੋਂ ਸੇਵਾਦਾਰ ਤੈਨਾਤ ਕੀਤਾ ਸੀਗਾ ਬਾਹਰ ਬਰਛੇ 'ਤੇ ਚੋਬਦਾਰ ਦੀ ਸੇਵਾ ਕਰਦਾ ਸੀਗਾ, ਉਹਨੇ ਇਹਨੂੰ ਰੋਕਿਆ ਕਿ ਤੂੰ ਇਹ ਵੀਡੀਓ ਨਾ ਬਣਾ, ਅਤੇ ਇਹਨੇ ਵੇਰ ਕੇ ਉੱਥੇ ਆ ਕੇ ਹੁੱਲੜਬਾਜ਼ੀ ਕੀਤੀ, ਵੀਡੀਓ ਬਣਾਉਣੀ ਬੰਦ ਨਹੀਂ ਕੀਤੀ, ਅਤੇ ਉਹਦੇ ਤੋਂ ਇਹ ਸਾਰੀ ਗੱਲ ਵਾਪਰੀ ਆ। ਬੜੀ ਨਿੰਦਣਯੋਗ ਘਟਨਾ ਗੁਰੂ ਘਰ ਦੇ ਵਿੱਚ ਜਿਹੜੀ ਇਹ ਹੁੱਲੜਬਾਜ਼ੀ ਕੀਤੀ ਆ, ਇੱਥੇ ਸਾਰੇ ਅਫਸਰ ਸਾਹਿਬਾਨ ਪਹੁੰਚੇ ਆ ਕਿ ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਧੱਕਾ ਆ ਸਰਕਾਰ ਦਾ ਜਾਂ ਇਹਨਾਂ ਦੇ ਭਰਾ ਦੀ ਸ਼ਹਿ ਇਹ ਬੰਦ ਹੋਣੀ ਚਾਹੀਦੀ ਆ, ਗੁਰੂ ਘਰ ਦੀ ਮਾਣ ਮਰਿਆਦਾ ਜਿਹੜੀ ਆ ਉਹ ਮਰਿਆਦਾ ਦੇ ਅਨੁਸਾਰ ਚੱਲਣ ਦੇਣੀ ਚਾਹੀਦੀ ਆ, ਗੁਰੂ ਘਰ ਦੇ ਵਿੱਚ ਰੋੜਾ ਨਹੀਂ ਬਣਨਾ ਚਾਹੀਦਾ, ਸਗੋਂ ਸਹਿਯੋਗ ਕਰਨ, ਕਮੇਟੀ ਦਾ ਸਾਥ ਦੇਣ, ਇਹ ਹੋਰ ਵੀ ਵਧੀਆ ਢੰਗ ਦੇ ਨਾਲ ਜੋ ਪ੍ਰਬੰਧ ਕਰਨ, ਕਿਉਂਕਿ ਸੇਵਾ ਜਿਹੜੀ ਆ ਉਹ ਗੁਰੂ ਕਿਰਪਾ ਕਰਦਾ, ਕਿਉਂਕਿ ਇਹਨਾਂ ਨੇ ਵੀ ਸੇਵਾ ਕੀਤੀ ਆ ਅਤੇ ਪਰ ਹੁਣ ਸਰੀਰ ਬਿਰਧ ਹੋ ਚੁੱਕਾ ਅਤੇ ਹੁਣ ਆਪਣੀ ਅੜੀ ਛੱਡ ਦੇਣੀ ਚਾਹੀਦੀ। ਗੱਲ ਇੱਦਾਂ ਜੀ, ਮੈਨੂੰ ਨਹੀਂ ਪਤਾ ਇਹਨਾਂ ਦਾ ਕੀ ਗੁਰਦੁਆਰੇ ਦਾ ਮਸਲਾ ਚੱਲਦਾ, ਕਿੰਨਾ ਕੁ ਪੁਰਾਣਾ ਕੀ, ਮੈਨੂੰ ਕੁਛ ਨਹੀਂ ਇਹ ਤੋਂ ਗਿਆਨ, ਮੈਂ ਪਤਾ ਨਹੀਂ ਮੈਨੂੰ, ਮੇਰੀ ਸੇਵਾ ਲੱਭਦਾ ਜੀ ਗੁਰੂ ਘਰ ਦੀ, ਮੈਂ ਆਪਣੇ ਮਹਾਂਪੁਰਖਾਂ ਨਾਲ ਗੱਲ ਕੀਤੀ, ਬਾਬਾ ਜੀ ਮੈਨੂੰ ਗੁਰੂ ਘਰ ਦੇ ਵਿੱਚ ਸੇਵਾ ਮਿਲਦੀ ਪਈ ਆ, ਮੈਂ ਕਰ ਲਵਾਂ, ਕਹਿੰਦੇ ਵੀ ਪੁੱਤ ਕਰ ਲਾ ਗੁਰੂ ਘਰ ਦੇ ਵਿੱਚ ਸੇਵਾ, ਮੈਂ ਕਮੇਟੀ ਵਾਲਿਆਂ ਨਾਲ ਬਚਨ ਕੀਤੇ, ਮਹਾਰਾਜ ਜੀ ਕਮੇਟੀ ਵਾਲਿਆਂ ਨੇ ਮੈਨੂੰ ਗੁਰਦੁਆਰੇ ਰੱਖ ਲਿਆ, ਕਹਿੰਦੇ ਆਇਆ ਕਰੋ ਤੁਸੀਂ ਸੇਵਾ ਕਰਿਆ ਕਰੋ, ਅਤੇ ਅਸੀਂ ਅੱਜ ਸਵੇਰੇ ਗਏ ਹਾਂ ਸੇਵਾ ਕਰਨ, ਉੱਥੇ ਨਿਤਨੇਮ ਸੁਣਿਆ, ਮਹਾਰਾਜ ਦੀ ਬਾਣੀ ਸੁਣਦੇ ਹਾਂ ਜੀ, ਮਹਾਰਾਜ ਦੀ ਜਿਹੜੀ ਗੁਰਦੁਆਰੇ ਦੀ ਮਰਿਆਦਾ ਵਾ ਨਗਾਰੇ ਦੀ ਉਹ ਜੀ ਇਹਨੇ ਗਲਤ ਕੀਤੀ ਜੀ, ਉੱਥੋਂ ਚੱਕ ਕੇ ਨਾ ਬਾਹਰੋਂ ਡੰਡੇ ਸੜਕ ਤੋਂ, ਅਤੇ ਉਹਨਾਂ ਵਜਾਉਣ ਲੱਗ ਗਿਆ ਜੀ, ਥੋੜ੍ਹਾ ਜਿਹਾ ਰੋਕਿਆ ਵੀ ਵੀਰੇ ਇੱਦਾਂ ਮਰਿਆਦਾ ਭੰਗ ਹੁੰਦੀ ਆ ਭਾਂ, ਇਹ ਗਿੰਨੀ ਸਿੰਘ ਬਾਬਾ ਵਾ ਜੀ ਕੋਈ ਹੈਗਾ, ਨਵਾਂ ਨਵਾਂ ਸਿੰਘ ਸੱਜਿਆ ਜੀ, ਪਹਿਲਾਂ ਇਹਦੀ ਕੱਪੜਿਆਂ ਦੀ ਦੁਕਾਨ ਸੀਗੀ, ਅਤੇ ਇਹਨੂੰ ਰੋਕਿਆ ਵਾ, ਇਹ ਇੰਨੇ 'ਚ ਮੈਨੂੰ ਮਾੜਾ ਚੰਗਾ ਅਪਸ਼ਬਦ ਬੋਲਣ ਲੱਗ ਗਿਆ, ਜ਼ਿਆਦਾਤਰ ਕੈਮਰੇ 'ਚ ਰਿਕਾਰਡ ਹੀ ਹੋਣੀਆਂ ਸਾਰੀਆਂ ਗੱਲਾਂ, ਅਤੇ ਮੇਰੇ ਨਾਲ ਮਾੜਾ ਚੰਗਾ ਬੋਲਣ ਲੱਗ ਗਿਆ, ਮੈਨੂੰ ਬੜੇ ਅਪਸ਼ਬਦ ਜੇ ਬੋਲੇ, ਅਤੇ ਫਿਰ ਮੇਰੇ 'ਤੇ ਵਾਰ ਕਰਨ ਲੱਗਾ, ਮੈਂ ਆਪਣੇ ਬਚਾਅ ਵਾਸਤੇ ਫਿਰ ਆਪਣਾ ਬਚਾਅ ਕੀਤਾ, ਅਤੇ ਮੇਰੇ ਕੋਲ ਵੀ ਜੋ ਬਣਿਆ ਮਹਾਰਾਜ ਨੇ ਜੋ ਕਰਵਾਇਆ ਸੱਚ ਕਰਵਾਇਆ। ਤੁਸੀਂ ਇਕੱਲੇ ਸੀ? ਉਹ ਇਕੱਲੇ ਜੀ, ਮੈਂ ਇਕੱਲਾ ਸੀ, ਉਹਨਾਂ ਦਾ ਪਿਤਾ ਜੀ ਨਾਲ, ਇੱਕ ਆਪ ਸੀ, ਇੱਕ ਉਹਨਾਂ ਦੇ ਮਾਤਾ ਜੀ, ਹੋਰ ਵੀ ਪਤਾ ਨਹੀਂ ਹੋ ਸਕਦੇ ਆ, ਕੋਈ ਬਾਹਰ ਅੰਦਰ ਖਿਲਾਰੇ ਹੋਣ ਮੈਨੂੰ, ਮੈਂ ਤਾਂ ਬਾਬਾ ਜੀ ਮੈਨੂੰ ਪਤਾ ਹੀ ਨਹੀਂ ਇਹਨਾਂ ਦਾ ਕੋਈ ਗੁਰਦੁਆਰੇ ਦਾ ਪੁਰਾਣਾ ਚੱਲਦਾ ਹੋਊਗਾ ਚੱਕਰ, ਪਰ ਮੈਂ ਅਣਜਾਣ ਸੀ, ਮੈਨੂੰ ਇਹਨਾਂ ਨੇ ਟਾਰਗੇਟ ਬਣਾ ਤਾ ਗਿੰਨੀ ਬਾਬੇ ਨੇ, ਮੇਰੇ 'ਤੇ ਵਾਰ ਕੀਤਾ ਗਿਆ। ਠੀਕ ਹੈ, ਇਹ ਕਿਹਦੇ ਨਾਲ ਵਾਰ ਕੀਤਾ ਇਹਨਾਂ ਨੇ? ਕਿਰਪਾ ਨਾਲ। ਕੀ ਗੱਲ ਕੀ ਹੋਈ ਸੀ? ਰੂਟੀਨ ਦੇ ਵਿੱਚ ਮੈਂ ਗੁਰਦੁਆਰੇ ਜਾਂਦਾ ਜੀ, ਇਹਨਾਂ ਨੇ ਨਿਹੰਗ ਸਿੰਘ ਬੁਲਾਏ ਸੀ, ਕੱਲ੍ਹ ਸ਼ਾਮ ਦੇ ਆਏ ਹੋਏ ਸੀ, ਉਹਨਾਂ ਨੇ ਮੇਰੇ 'ਤੇ ਵਾਰ ਕਰਾਇਆ ਜਾਣ ਕੇ ਜੀ, ਇਹਨਾਂ ਨੇ ਸਾਰਿਆਂ ਨੇ ਰਲ ਕੇ। ਕੀ ਮਸਲਾ ਕੀ ਆ? ਵਾਹਿਗੁਰੂ, ਮੇਰਾ ਹੱਥ ਤੱਕੋ ਥੱਲੇ ਕਰ ਦਿਓ। ਕੀ ਮਸਲਾ ਕੀ ਹੈ ਜੀ ਸਾਰਾ? ਮੈਨੂੰ ਰੋਕਦੇ ਗੁਰੂ ਘਰ ਆਉਣ ਤੋਂ।